ਸਤਿ ਸ੍ਰੀ ਅਕਾਲ ਮੈਂ ਹਾਂ ਪ੍ਰਗਟ ਸਿੰਘ ਰਾਜਾਣਾ ਤੁਸੀਂ ਦੇਖ ਰਹੇ ਹੋ ਪੰਜਾਬ ਟੈਨਿਊਟੀਵੀ ਅੱਜ ਅਸੀਂ ਪਹੁੰਚੇ ਆਂ ਮੋਗਾ ਜ਼ਿਲ੍ਹੇ ਦੇ ਬਾਗਾ ਪ੍ਰਾਣਾ ਤਹਿਸੀਲ ਦੇ ਪਿੰਡ ਚੀਦਾ ਵਿਖੇ ਜਿੱਥੇ ਪਿਛਲੇ ਦਿਨੀ ਕੁਝ ਬਾਹਰਲੇ ਸਟੇਟ ਤੋਂ ਆਏ ਹੋਏ ਕੁਝ ਮਹਿਮਾਨਾਂ ਦੇ ਕਰਕੇ ਕਰੋਨਾ ਜੋ ਪੋਜ਼ਿਟਿਵ ਪਾਏ ਗਏ ਨੇ ਚਾਰ ਪੇਸ਼ੈਂਟ ਉਹਨਾਂ ਦੇ ਵਿੱਚੋਂ ਦੋ ਪੋਜ਼ਿਟਿਵ ਨੇ ਤੇ ਦੋ ਨੈਗੇਟਿਵ ਨੇ ਅੱਜ ਅਸੀਂ ਗਰਾਉਂਡ ਫਲੋਰ ਤੇ ਆਏ ਆ ਬਿਲਕੁਲ ਗਰਾਉਂਡ ਜ਼ੀਰੋ ਤੇ ਆਏ ਆ ਇਸ ਚੀਦਾ ਪਿੰਡ ਦੀ ਰਿਪੋਰਟ ਤੁਹਾਨੂੰ ਦਿਖਾਉਣ ਲਈ ਹੁਣ ਅਸੀਂ ਚੀਦਾ ਪਿੰਡ ਦੇ ਵਿੱਚ ਖੜੇ ਆ ਤੇ ਇੱਥੇ ਕੁਝ ਪਤਵੰਤੇ ਸੱਜਣ ਵੀ ਆ ਤੇ ਪੰਜਾਬ ਪੁਲਿਸ ਵੱਲੋਂ ਵੀ ਇਸ ਪਿੰਡ ਨੂੰ ਪ੍ਰੋਪਰ ਸੀਲ ਕੀਤਾ ਗਿਆ ਇਹਦੇ ਨਾਲ ਨਾਲ ਸਿਹਤ ਵਿਭਾਗ ਦੀ ਟੀਮ ਵੀ ਜਿਹੜੀ ਹੈਗੀ ਆ ਇੱਥੇ ਤਾਇਨਾਤ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਹੋਰ ਵੀ ਸਾਰੇ ਕਾਫੀ ਸਾਰੇ ਅਧਿਕਾਰੀ ਨੇ ਤੇ ਅੱਜ ਅਸੀਂ ਉਸ ਮਸਜਿਦ 'ਚ ਵੀ ਦਿਖਾਵਾਂਗੇ ਜਿੱਥੇ ਉਹ ਬਾਹਰਲੇ ਲੋਕ ਆਏ ਸੀ ਇਹ ਜਿਨ੍ਹਾਂ ਕਰਕੇ ਕਰੋਨਾ ਦੀ ਐਂਟਰੀ ਸਾਡੇ ਮੋਗਾ ਡਿਸਟ੍ਰਿਕਟ ਵਿੱਚ ਹੋਈ ਸੀ ਤੇ ਅਸੀਂ ਤੁਹਾਨੂੰ ਉਹ ਮਸਜਿਦ ਵੀ ਦਿਖਾਵਾਂਗੇ ਇਹਦੇ ਨਾਲ ਨਾਲ ਪਿੰਡ ਦੇ ਕੁਝ ਘਰਾਂ ਨੂੰ ਵੀ ਸੀਲ ਕੀਤਾ ਗਿਆ ਲਗਭਗ 20 ਘਰਾਂ ਨੂੰ ਸੀਲ ਕੀਤਾ ਗਿਆ ਤੇ ਪਿੰਡ ਮੁਕੰਮਲ ਤੌਰ ਤੇ ਸੀਲ ਹੈ ਪਿੰਡ ਤੇ ਦੇ ਵਿੱਚ ਆਉਣ ਜਾਣ ਦੀ ਬਾਹਰਲੇ ਲੋਕਾਂ ਨੂੰ ਮਨਾਈ ਹੈ ਤੇ ਪਿੰਡ ਦੇ ਲੋਕ ਵੀ ਬਾਹਰ ਨਹੀਂ ਜਾਂਦੇ ਤੇ ਹੁਣ ਅਸੀਂ ਭਗਤਾ ਰੋਡ ਤੇ ਖੜੇ ਆ ਮੈਂ ਆਪਣੇ ਕੈਮਰਾਮੈਨ ਅਮਨਦੀਪ ਨੂੰ ਕਹੂੰਗਾ ਕਿ ਇੱਥੇ ਹੁਣ ਭਗਤਾ ਰੋਡ ਨੂੰ ਦਿਖਾਣ ਦਿੱਥੇ ਅਸੀਂ ਖੜੇ ਆ ਇਹ ਸਾਰਾ ਚੌਂਕ ਦਿਖਾਉਣ ਇਸ ਤੋਂ ਬਾਅਦ ਅਸੀਂ ਤੁਹਾਨੂੰ ਉਹ ਮਸਜਿਦ ਵੀ ਦਿਖਾਵਾਂਗੇ ਜਿੱਥੇ ਉਹ ਲੋਕ ਆ ਕੇ ਠਹਿਰੇ ਸੀਗੇ ਜਿਹੜੇ ਮਹਿਮਾਨ ਜਿਨ੍ਹਾਂ ਦੇ ਕਰਕੇ ਕੋਰੋਨਾ ਵਾਇਰਸ ਸਾਡੇ ਇਸ ਮੋਗੇ ਜ਼ਿਲ੍ਹੇ ਵਿੱਚ ਐਂਟਰ ਹੋਇਆ ਤੇ ਪਿੰਡ ਦੇ ਉਹਨਾਂ ਪਤਵੰਤਿਆਂ ਨਾਲ ਵੀ ਮਲਾਵਾਂਗੇ ਅਸੀਂ ਹੋਰ ਵੀ ਮਲੇ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਕੁਝ ਖਬਰਾਂ ਅਸੀਂ ਦਿਖਾਵਾਂਗੇ ਜਿਹੜਾ ਸੱਚ ਅਜੇ ਤੱਕ ਸਾਹਮਣੇ ਨਹੀਂ ਆਇਆ ਉਹ ਸੱਚ ਅਸੀਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਅਮਨਦੀਪ ਕੋਹਲਿਆ ਦੇ ਨਾਲ ਪ੍ਰਗਟ ਸਿੰਘ ਰਾਜਿਆਣਾ ਪੰਜਾਬ 10 ਨਿਊਜ਼ ਟੀਵੀ ਚੀਦਾ ਜ਼ਿਲ੍ਹਾ ਮੋਗਾ। ਅਗਰ ਬਾਹਰ ਨਹੀਂ ਆਏ। ਬੰਦੇ ਬਾਹਰ ਲੈ ਸਾਨੂੰ ਤੇਰਾ ਨਾਮ। ਸੋ ਸਾਡੇ ਨਾਲ ਇਸ ਵੇਲੇ ਪਿੰਡ ਦੇ ਪਤਵੰਤੇ ਸੱਜਣ ਆਏ ਹੋਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਮੈਂਬਰ ਪੰਚਾਇਤ ਵੀ ਨੇ ਇਸ ਪਿੰਡ ਦੇ ਕੀ ਨਾਮ ਹੈ ਬਾਈ ਜੀ? ਕੁਲਜੀਤ ਸਿੰਘ ਆ ਜੀ। ਜੀ। ਬਲਜੀਤ ਸਿੰਘ ਜੀ ਜਿਹੜੀ ਇਹ ਘਟਨਾ ਵਾਪਰੀ ਹੈ ਜਿਹੜੇ ਕਰੋਨਾ ਪੋਜ਼ਿਟਿਵ ਤੁਹਾਡੇ ਪੇੜਨ ਦੇ ਵਿੱਚ ਆਏ ਪੇਸ਼ੈਂਟ ਉਹ ਕੀ ਉਹਦੇ ਬਾਰੇ ਸਾਰਾ ਦੱਸੋ ਜੀ ਕੀ ਮਾਜਰਾ ਕੀ ਜੀ ਬਾਹਰੋਂ ਆਏ ਸੀਗੇ ਜੀ ਸਾਡੀ ਮਸਲੇ ਵਿੱਚ ਰਹਿੰਦੇ ਸੀ 21 22 ਤਰੀਕ ਦੇ ਜੀ ਬਾਹਰੋਂ ਕਿੱਥੋਂ ਆਏ ਸੀਗੇ ਜੀ ਬਾਹਰੋਂ ਆ ਦਿੱਲੂ ਆਏ ਸੀ ਜੀ ਜੀ ਕਾਲੀ ਮੰਦਰ ਵਜਦਾ ਖਰੀ ਮੈਸੇਜ ਵਾਦੀ ਉੱਥੇ ਕੋਈ ਜੀ ਉੱਥੋਂ ਆਏ ਸੀਗੇ ਇਹ ਬਾਹਰਲੇ ਬੰਦੇ ਸਾਰੇ ਇਹਨਾਂ ਬਾਹਰਲਿਆਂ ਦੇ ਵਿੱਚੋਂ 4 ਪੋਜ਼ਿਟਿਵ ਆਏ ਆ ਜੀ ਬਾਕੀ ਸਾਡੇ ਪਿੰਡ ਦੇ ਵਿੱਚ ਸਾਡਾ ਕੋਈ ਵੀ ਇਹਤਰਾ ਨਾ ਕੋਈ ਮਰੀਜ਼ ਨਹੀਂ ਸਾਡੇ ਪਿੰਡ ਦੇ ਵਿੱਚ ਇਹ ਸਾਰੇ ਬਾਹਰਲੇ ਮਰੀਜ਼ ਆ ਸਾਡੇ ਪਿੰਡ ਦਾ ਕੋਈ ਨਹੀਂ ਸਾਡਾ ਸਾਰਾ ਪਿੰਡ ਸਹੀ ਆ ਜੀ ਪਤਾ ਲੱਗਿਆ ਸੀ ਤੁਹਾਡੇ ਪਿੰਡ ਦੇ ਕੁਝ ਘਰ ਵੀ ਸੀਲ ਕੀਤੇ ਗਏ ਆ ਸਾਡੇ ਪਿੰਡ ਦੇ ਜੀ 19-20 ਘਰ ਸੀਲ ਕੀਤੇ ਆ ਮੁਸਲਮਾਨ ਭਰਾਵਾਂ ਦੇ ਉਹ ਵੀ ਸਾਰੇ ਸਹੀ ਆ ਉਹਨਾਂ ਦੇ ਵਿੱਚ ਕੋਈ ਮਰੀਜ਼ ਨਹੀਂ ਹਜੇ ਤੇ ਕਰਾਇਆ ਉਹਨਾਂ ਦੇ ਅ ਪਰਸੋ ਲਿਆ ਬਲੱਡ ਉਹਨਾਂ ਦਾ ਉਹ ਵੀ ਭੇਜਿਆ ਵਾ ਹਜੇ ਤੱਕ ਉਹਨਾਂ ਦੀ ਰਿਪੋਰਟ ਨਹੀਂ ਆਈ ਵੈਸੇ ਉਹ ਸਹੀ ਆ ਸਾਰੇ ਤੰਦਰੁਸਤ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਜੀ ਤੇ ਤੁਸੀਂ ਕੋਈ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਅਪੀਲ ਇਹੀ ਕਰਨੀ ਚਾਹੁੰਦੇ ਆ ਜੀ ਸਾਡੇ ਪਿੰਡ ਨੂੰ ਬਦਨਾਮ ਨਾ ਕੀਤਾ ਜਾਵੇ ਸਾਰਾ ਪਿੰਡ ਸਹੀ ਹੈ ਹਜੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਾਹਰਲੇ ਬੰਦੇ ਬਿਵਾਰ ਹੋਏ ਸਾਡਾ ਪਿੰਡ ਸਾਰਾ ਤਕਰੀਬਨ ਸਹੀ ਹੈ ਹਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਡੇ ਪਿੰਡ ਦੇ ਆਪਦੇ ਲੋਕਲ ਬੰਦੇ ਦੀ ਜੀ ਸੋ ਇਹਦੇ ਨਾਲ ਨਾਲ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਸ ਪਿੰਡ ਨੂੰ ਸੀਲ ਕੀਤਾ ਗਿਆ ਤੇ ਨਾਲ ਨਾਲ ਆਪਣੇ ਉਹਨਾਂ ਨੇ ਮੁਲਾਜ਼ਮ ਵੀ ਇਸ ਪਿੰਡ ਦੇ ਵਿੱਚ ਬਿਠਾਏ ਹੋਏ ਨੇ ਅਸੀਂ ਗੱਲ ਕਰਦੇ ਹਾਂ ਸਰਦਾਰ ਬੂਟਾ ਸਿੰਘ ਹੋਰਾਂ ਨਾਲ ਐਸਆਈ ਬੂਟਾ ਸਿੰਘ ਜੀ ਇਸ ਪਿੰਡ ਦੇ ਵਿੱਚ ਹੁਣ ਮੌਜੂਦ ਆ ਜਿਨ੍ਹਾਂ ਦੀ ਇੱਥੇ ਡਿਊਟੀ ਆ ਜੀ ਬੂਟਾ ਸਿੰਘ ਜੀ ਸਤ ਸ੍ਰੀ ਅਕਾਲ ਸਰ ਇਥੇ ਜਿਹੜਾ ਹੈਗਾ ਮੈਂ ਆਪਣਾ ਨਾਕਾ ਲੱਗਾ ਹੋਇਆ ਹੈ ਜਿਹਨਾਂ ਦਾ ਪਿੰਡ ਦੇ ਪਤਵੰਤ ਸੱਜਣਾ ਨਾਂ ਕਿਸੇ ਨੂੰ ਆਉਣ ਦਿੱਤਾ ਜਾਂਦਾ ਹੈ ਪਿੰਡ ਅੰਦਰ ਤੇ ਨਾ ਬਾਹਰ ਦਿੱਤਾ ਜਾਂਦਾ ਜੇ ਕੋਈ ਬਾਹਰ ਜਾਂਦਾ ਹੈ ਤਾਂ ਉਹਨਾਂ ਦੀ ਸਪੈਸ਼ਲ ਐਂਟਰੀ ਕੀਤੀ ਜਾਂਦੀ ਹੈ ਇਹਨਾਂ ਦਾ ਬਕਾਇਦਾ ਰਜਿਸਟਰ ਲਾਇਆ ਹੋਇਆ ਮਸਤਾਕੀਨਾਂ ਡਿਊਟੀ ਕਰ ਰਹੇ ਹਨ ਜੀ ਹੱਥੇ ਕਾਰ ਜੀ ਇਹਦੇ ਨਾਲ ਨਾਲ ਸਿਵਲ ਪ੍ਰਸ਼ਾਸਨ ਵੱਲੋਂ ਵੀ ਕੁਝ ਆਪਣੀ ਅਧਿਕਾਰੀਆਂ ਦੀ ਡਿਊਟੀ ਲਈ ਹੈ ਅਸੀਂ ਗੱਲ ਕਰਦੇ ਹਾਂ ਜੀ ਭਾਈ ਸਾਹਿਬ ਕੀ ਨਾਮ ਹੈ ਜੀ ਸਰ ਸੁਖਬੀਰ ਸਿੰਘ ਪਰਵਾਰੀ ਜੀ ਕਿਹੜਾ ਡਿਪਾਰਟਮੈਂਟ ਸਰ ਸਰ ਪਟਵਾਰੀ ਸਰ ਪਟਵਾਰੀ ਜੀ ਇੱਥੇ ਮੈਨੂੰ ਡਿਊਟੀ ਲੱਗੀ ਆ ਕੀ ਕਹਿਣਾ ਚਾਹੋਗੇ ਸਰ ਡਿਊਟੀ ਲੱਗੀ ਆ ਤਕਰੀਬਨ 20 ਕਰ ਇਕਾਂਤ ਵਾਸ ਕੀਤੀ ਆ ਸਰ ਜੀ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਕੋ ਕਿਸੇ ਨੂੰ ਬਾਹਰੋਂ ਤਾਂ ਨਹੀਂ ਜਾਣ ਦਿੱਤਾ ਜਾ ਰਿਹਾ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਉਹਦਾ ਹੱਲ ਉੱਥੇ ਘਰ ਵਿੱਚ ਹੀ ਕਰ ਦਿੱਤਾ ਜਾਂਦਾ ਕੋਈ ਰਾਸ਼ਨ ਦੀ ਜਾਂ ਕੋਈ ਹੋਰ ਮੈਡੀਕਲ ਦੀ ਪ੍ਰੋਬਲਮ ਹੁੰਦੀ ਆ ਓਕੇ ਤੇ ਬਾਕੀ ਸਰ ਚਾਰ ਪੋਜ਼ਿਟਿਵ ਆਏ ਸੀ ਜਿਹੜੇ ਕਿ ਉਹ ਬਾਹਰੋਂ ਆਏ ਸੀਗੇ ਵਿਅਕਤੀ ਇਹ ਮੈਨੂੰ ਇਸ ਪਿੰਡ ਦਾ ਕੋਈ ਨਹੀਂ ਸੀ ਨਾ ਕੋਈ ਨਹੀਂ ਸਰ ਉਹਦੇ ਵਿੱਚੋਂ ਵੀ ਦੋ ਮਤਲਬ 네ਗੇਟਿਵ ਆ ਗਿਆ ਅੱਜ ਓਕੇ ਤੇ ਪਿੰਡ ਦਾ ਕੋਈ ਵੀ ਨਹੀਂ ਗਾ ਮਤਲਬ ਪੋਜਟਿਵ ਪਾਇਆ ਗਿਆ ਇਹ ਸਾਰੇ ਮਹਿਮਾਨ ਹੀ ਸੀਗੇ ਕਹਿ ਸਕਦੇ ਆ ਮਰ ਬਰੋ ਸਰ ਬਰੋ ਆਈ ਹੋਈ ਸੀ ਓਕੇ ਪਿੰਡ ਦਾ ਕੋਈ ਨਹੀਂ ਆਇਆਗਾ ਜੀ ਬਿਲਕੁਲ ਠੀਕ ਆ ਹਾਲਾਤ ਇੱਥੇ ਤੇ ਪ੍ਰਸ਼ਾਸਨ ਵੱਲੋਂ ਤੁਸੀਂ ਡਿਊਟੀ ਲੱਗੀ ਹੈ ਕੋਈ ਪਿੰਡ ਦੇ ਲੋਕਾਂ ਨੂੰ ਜਾਂ ਮਤਲਬ ਦਰਸ਼ਕਾਂ ਨੂੰ ਸਾਡੇ ਨੂੰ ਕੁਝ ਕਹਿਣਾ ਚਾਹੋ ਸਰ ਇਹੀ ਹੈ ਜੀ ਆਪਣੇ ਘਰਾਂ ਚ ਰਹਿਣਾ ਚਾਹੀਦਾ ਜੀ ਤੇ ਇਹ ਜੰਗ ਸਿਰਫ ਆਪਣੀ ਖਾਤਰੀ ਅਸੀਂ ਜਿਹੜਾ ਮਤਲਬ ਕਰਫੂ ਲਗਾਇਆ ਗਿਆ ਜਾਂ ਸਰਕਾਰ ਨੇ ਜੋ ਵੀ ਇਹ ਮਤਲਬ ਹਦਾਇਤਾਂ ਨੇ ਉਹ ਸਿਰਫ ਆਪਣੇ ਖਾਤਰ ਨੇ ਜੀ ਅਸੀਂ ਆਪਣੇ ਨੇ ਖੁਦ ਲਈ ਕਰਨਾ ਹੈ ਘਰਾਂ ਵਿੱਚ ਰਹੋ ਵਾਧੂ ਮਤਲਬ ਬਾਹਰ ਅੰਦਰ ਨਹੀਂ ਜਾਣਾ ਚਾਹੀਦਾ ਜੀ ਜਿੰਨਾ ਤੇ ਆਤ ਵਰਤਾਂਗੇ ਸਾਰਾ ਆਪਾਂ ਨੇ ਰਹੀ ਸਾਰਾ ਆਪਾਂ ਕਰ ਰਹੇ ਆ ਜੀ ਤੇ ਬਸ ਇਹੀ ਕਹਿਣਾ ਚਾਹੁੰਦਾ ਵੀ ਆਪ ਦਾ ਧਿਆਨ ਰੱਖਿਆ ਜਾਵੇ ਵਾਧੂ ਬਾਹਰ ਨਾ ਜਾਇਆ ਜਾਵੇ ਜੀ ਇਦੇ ਨਾਲ ਨਾਲ ਇਸ ਸਮੇਂ ਇਸ ਪਿੰਡ ਦੇ ਵਿੱਚ ਹੈਲਥ ਡਿਪਾਰਟਮੈਂਟ ਵੱਲੋਂ ਵੀ ਆਪਣੀ ਇੱਕ ਟੀਮ ਬਿਠਾਈ ਹੋਈ ਹੈ ਅਸੀਂ ਹੈਲਥ ਡਿਪਾਰਟਮੈਂਟ ਦੇ ਉਹਨਾਂ ਵਰਕਰਾਂ ਨਾਲ ਵੀ ਗੱਲ ਕਰਵਾਨੇ ਆ ਤੁਹਾਡੀ ਆਓ ਜੀ ਅਮਨ ਜੀ ਮੈਂ ਕਿ ਪ੍ਰਗਟਿ ਰਿਹਾ ਲੱਗਦਾ ਮੈਨੂੰ ਠੀਕ ਆ ਅੱਛਾ ਇੱਥੇ ਡਿਊਟੀ ਲਗਾਉਂਦੇ ਆ ਸਮਾਲ ਸਰ ਬੈਠ ਜਾਂਦੇ ਆ ਸਮਾਲ ਸਰ ਉਹ ਫਿਰ ਮੈਂ ਇੱਥੇ ਉਹ ਨਹੀਂ ਦੇ ਸਕਦਾ ਥੰਮੇ ਕਿੱਥੇ ਸੀ ਨਾ ਬਾਬੀ ਜੀ ਹਾਂ ਜੀ ਹਾਂ ਤੇ ਤੁਸੀਂ ਸਿੱਖਿਆ ਹੁਣੇ ਤਾਂ ਇੱਥੇ ਹੋਣੇ ਕਿ ਉੱਥੇ ਕਪੂਰਥਲੇ ਕਪੂਰਥਲੇ ਹੁੰਦੇ ਆ ਹਮ ਤਾਂ ਪਰ ਉਹਨਾਂ ਸੋ ਦਰਸ਼ਕੋ ਇਹ ਹੀ ਉਹ ਮਸਜਿਦ ਦਾ ਚੀਦਾ ਪਿੰਡ ਦੀ ਜਿੱਥੇ ਉਹ ਬਾਹਰਲੇ ਮਹਿਮਾਨ ਆ ਕੇ ਇਸ ਪਿੰਡ ਵਿੱਚ ਠਹਿਰੇ ਸੀਗੇ ਤੇ ਇਸੇ ਮਸਜਿਦ ਵਿੱਚ ਉਹ ਠਹਿਰੇ ਸੀਗੇ ਜਿੱਥੋਂ ਉਹ ਕਰੋਨਾ ਪੋਜ਼ਿਟਿਵ ਪਾਏ ਗਏ ਆ ਪੇਸ਼ੈਂਟ ਤੇ ਇਹ ਹੀ ਉਹ ਮਸਜਿਦ ਹੈ ਮੈਂ ਆਪਣੇ ਸਹਿਯੋਗੀ ਅਮਨਦੀਪ ਕੋਹਲਿਆ ਨੂੰ ਕਹੂੰਗਾ ਕਿ ਪੈਨ ਕਰਕੇ ਉੱਪਰੋਂ ਵੀ ਇਸ ਮਸਜਿਦ ਦੇ ਜਿਹੜੇ ਤੁਹਾਨੂੰ ਤਸਵੀਰਾਂ ਦਿਖਾਣ ਸਾਡੇ ਵੱਲੋਂ ਇਹ ਜਿਹੜੇ ਮਤਲਬ ਪਿੰਡ ਹਾਂ ਉਨਹੀਂ ਹੋਗੇ ਤਕ ਉਹਨਾਂ ਨੂੰ ਆਪਾਂ ਬੰਦੇ ਦੇ ਨਾਂ ਨਹੀਂ ਲੈਂਦੇ ਜਿਉਂ ਉਦਾਂ ਹੀ ਕਹ ਦਿੰਨੇ ਵੀ ਕੋਈ ਸਾਡੇ ਬੰਦਿਆ ਨੂੰ ਤੇ ਜਿਹੜੇ ਮਤਲਬ ਇਹ ਪਿੰਡ ਅੱਜ ਬਾਹਰੋਂ ਹੀ ਆਏ ਬੰਦੇ ਬਾਹਰਲੇ ਸਾਡੇ ਬੰਦੇ ਦਾ ਨਾਂ ਏਦਾਂ